ਕਿੱਦਾਂ ਘੈਂਟ ਹੋ ਸਾਰੇ? ਅਸੀਂ ਵੀ ਬਹੁਤ ਘੈਂਟ ਹਾਂ, ਬਹੁਤ ਜ਼ਿਆਦਾ। ਸੋ ਅੱਜ ਅਸੀਂ ਫ੍ਰੀ ਸੀਗੇ ਅਤੇ ਜਾਣਾ ਸੀਗਾ ਫਰੈਂਡ ਦੇ ਵੱਲ, ਅਤੇ ਮੈਂ ਕਿਹਾ ਚੱਲ ਅੱਜ ਇੱਕ ਵਲੌਗ ਬਣਾ ਲੈਂਦੇ ਹਾਂ, ਹੈ ਨਾ। ਵਲੌਗ ਬਣਾ ਲਓ ਯਾਰ, ਕਾਫੀ ਦੇਰ ਬਾਅਦ ਹੈ ਨਾ ਲੱਗਾ ਆਪਣਾ ਵਲੌਗ, ਅਤੇ ਚੰਗਾ ਤਾਂ ਮੈਨੂੰ ਵੀ ਨਹੀਂ ਲੱਗਣ ਦਿਆ ਕਿ ਹੈ ਨਾ ਜਿਹੜਾ ਤੁਹਾਨੂੰ ਵੀਡੀਓ ਦਾ ਵਾਅਦਾ ਕੀਤਾ ਸੀਗਾ। ਪਰ ਛੱਡੋ, ਖੈਰ ਉਹ ਯਾਰ ਥੋੜ੍ਹਾ ਜਿੰਨਾ ਹੋ ਗਿਆ ਸੀਗੀ, ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਨਹੀਂ ਆ ਸਕਿਆ ਵਾਲਾ ਵਲੌਗ। ਪਰ ਚਲੋ ਇੱਦਾਂ ਹੀ ਅਸੀਂ ਚੱਲੇ ਹਾਂ ਫਰੈਂਡ ਵੱਲ, ਅਤੇ ਨਾਲ ਚੱਲਾ ਆਪਣਾ ਪ੍ਰਿੰਸ ਪੁਰੀ, ਅਸੀਂ ਜਾਣਾ ਵਾ ਗੋਲਡਨ ਟੈਂਪਲ ਵਾਲੀ ਸਾਈਡ, ਠੀਕ ਆ। ਅੱਜ ਫਿਰ ਤਮਾਸ਼ਬੀਨੀਆਂ ਕਰਾਂਗੇ ਪੂਰੀਆਂ, ਤੁਹਾਨੂੰ ਦੱਸਾਂਗੇ ਫਿਰ ਨਾਲ ਦੀ ਨਾਲ। ਚਲੋ ਮਿਲਦੇ ਹਾਂ ਫਿਰ ਜਾ ਕੇ। ਨਹੀਂ ਹੁਣੇ ਥੋੜ੍ਹੀ ਨਾ, ਬਸ ਤਿਆਰ ਤਾਂ ਹੋ ਲਈਏ, ਹਜੇ ਨਿੱਕਰ ਪਾਈਦੀ ਹੈ, ਨਿੱਕਰ ਪਾਈ ਹਜੇ। ਤਿਆਰ ਹੋ ਗਏ ਤਾਂ ਮਿਲਦੇ ਹਾਂ ਤਿਆਰ ਹੋ ਕੇ ਤੁਹਾਨੂੰ। ਚਲੋ ਜੀ, ਤਿਆਰ ਹੋ ਕੇ ਮੈਂ ਬਸ ਨਿਕਲਣ ਲੱਗਾ। ਪ੍ਰਿੰਸ ਨੂੰ ਕਰਤਾ ਸੀ ਮੈਂ ਫੋਨ ਕਿ ਤਿਆਰ ਹੋ ਜਾ, ਮੈਂ ਆ ਰਿਹਾ। ਕਹਿੰਦਾ ਮੈਂ ਤਿਆਰ ਹਾਂ, ਤੂੰ ਆ ਜਾ। ਉਹਦੇ ਤਾਂ ਫੋਨ 'ਤੇ ਫੋਨ ਆਈ ਆ ਰਹੇ ਆ ਮੁੰਡੇ ਦੇ ਕਿ ਕਿੱਥੇ ਜੇ ਕਿੱਥੇ ਜੇ। ਸੋ ਚਲੋ ਪ੍ਰਿੰਸ ਘਰ ਜਾ ਕੇ ਤੁਹਾਨੂੰ ਮੈਂ ਮਿਲਦਾ। ਪ੍ਰਿੰਸ ਹੈਲੋ ਬ੍ਰੋ, ਵੇਅਰ ਆਰ ਯੂ? ਹਾਂਜੀ ਸਰ, ਕਿੱਥੇ? ਵੇਅਰ ਆਰ ਯੂ? ਮੈਂ ਬਸ ਕਮਰੇ 'ਚ ਬੈਠਾ। ਆਵਾਂ ਬਾਹਰ? ਆਹੋ ਆ ਬਾਹਰ ਆ। ਆ ਗਏ ਆ ਗਏ ਸਰ। ਓਏ ਸਰ, ਆਤੇ ਹੋਏ ਸਰ, ਆਪਕਾ ਮਾਸਕ ਕਹਾਂ ਪੇ ਹੈ? ਵਲੌਗ ਚੱਲ ਰਿਹਾ। ਹਾਂ ਉਹ ਆ ਗਿਆ ਤੁਹਾਨੂੰ ਉਹ ਸਰ ਨੇ ਤੇ ਕਹੋ ਨਾ, ਮੈਂ ਨਾ ਬੈਠਾ ਪੜਦਾ ਪਿਆ ਨਾ ਗਲੇ। ਨਹੀਂ ਉਹ ਯਾਰ, ਸਰ ਤੂੰ ਕਦੀ ਯਾਦ ਦੋ ਇਹਦਾ ਘਰ ਹੈਗਾ ਵਾ ਲਿੰਕ ਰੋੜਾ, ਪ੍ਰਿੰਸ ਤੁਸੀਂ ਜਾਣਦੇ ਜੈਨੂੰ ਛੇਵੀਂ ਵਿੱਚ ਹਟ ਗਿਆ ਹਾਂ। ਤੇ ਤੂੰ ਕਦੋਂ ਆਇਆ ਸੀਗਾ? ਫਿਫਥ ਚ ਆਇਆ ਸੀ। ਫਿਫਥ ਚ ਇਹਦਾ ਤੇ ਮੇਰਾ ਜਨਮ ਦਿਨ ਇੱਕੋ ਦਿਨ ਆਉਂਦਾ ਫਾਈਨਲੀ ਹੁਣ ਘਰ ਆ ਚੁੱਕੇ ਹਾਂ। ਥਕਾਵਟ ਬਹੁਤ ਜ਼ਿਆਦਾ ਹੋ ਗਈ ਆ, ਟਾਇਰਡ। ਗਲਤ ਆ, ਹੁਣੇ ਆਇਆ, ਮੰਮੀ ਨੇ ਆਉਂਦਾ ਹੀ ਕਹਿ ਤਾ ਜਾਂ ਸਮਾਨ ਲੈ ਕੇ ਆ, ਕੀ ਉਮੀਦ ਸੀ ਵੀ ਨਾ। ਚਲੋ ਜਾਣਾ ਪੈਣਾ, ਅੱਜ ਕੋਈ ਕੰਮ ਵੀ ਨਹੀਂ ਨਾ ਕੀਤਾ, ਫਿਰ ਜਾਣਾ ਪੈਣਾ। ਚਲੋ ਫਿਰ ਜਾਂਦੇ ਹਾਂ। ਕਿਵੇਂ ਘੈਂਟ ਹੋ ਸਾਰੇ? ਅੱਜ ਦੂਸਰਾ ਦਿਨ ਹੈ ਤਾਂ ਲਿਟਰਲੀ ਅੱਜ ਸ਼ੌਕ ਹੋ ਗਿਆ ਕਿ ਮੈਂ ਸਵੇਰੇ ਉੱਠਿਆ 10 ਵਜੇ, ਐਂਡ ਇੱਕ ਅੰਕਲ ਆਏ ਬਾਹਰ, ਮੈਂ ਕਿਹਾ ਪਤਾ ਨਹੀਂ ਕੀ ਕੌਣ ਆ ਗਿਆ ਵਾ। ਬਾਹਰ ਜਾ ਕੇ ਦੇਖਿਆ ਤਾਂ ਮੈਨੂੰ ਪਾਰਸਲ ਰਿਸੀਵ ਹੋਇਆ ਤਾ, ਦੇਖਿਆ ਤਾਂ ਪਹਿਲੇ ਤਾਂ ਮੇਰੇ ਐਂ ਲੱਡੂ ਫੁੱਟਣ ਦੇ ਸੀ ਮਨ 'ਚ ਕਿ ਪਤਾ ਨਹੀਂ ਕੀ ਆ। ਬਾਅਦ ਖੋਲ੍ਹਿਆ ਅੰਦਰੋਂ ਅਤੇ ਵਰਸਾਚੇ ਦੇ ਸ਼ੂਜ਼, ਲਿਟਰਲੀ ਮੈਂ ਇੰਨਾ ਖੁਸ਼, ਮੈਂ ਕਿਹਾ ਪਤਾ ਨਹੀਂ ਕਿੰਨੇ ਦਿੱਤਾ। ਬਾਅਦ ਵਿੱਚ ਪਤਾ ਲੱਗਾ ਮੈਨੂੰ ਮੇਰੇ ਘਰ ਦਿਆਂ ਤੋਂ ਕਿ ਇਹ ਪੁਰਾਣੇ ਭੇਜੇ, ਮੈਨੂੰ ਪਤਾ ਨਹੀਂ ਸੀ ਮੇਰੇ ਲਈ ਫਿਰ ਪ੍ਰਾਈਜ਼ ਸੀਗਾ। ਅਤੇ ਉਹਦੀ ਤੁਹਾਨੂੰ ਮੈਂ ਅਨਬੋਕਸਿੰਗ ਦੀ ਵੀਡੀਓ ਵਿਖਾ ਦਾਂਗਾ, ਐਂਡ ਵੀਡੀਓ ਤਾਂ ਬਣੇ ਰਹੀਓ। ਅਤੇ ਜੇ ਵੀਡੀਓ ਪਸੰਦ ਆਏਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ, ਅਤੇ ਚੈਨਲ 'ਤੇ ਜੇ ਨਵੇਂ ਜੇ ਤਾਂ
चैनल नूं कर लिओ सबसक्राइब, इदां दीआं होर वीडियो देखण लई साडे नाल बने रहियो। गाली नहीं देते व्लॉग में। नहीं नहीं फिर बंद, दो मिनट कर दे।